ਗੱਲ ਕਹਿੰਦੀ ਕੰਮ ਕਰਾ ਕੇ ਤੂੰ ਨਾ ਹੋਇਆ ਆ ਦਾ ਦੋ ਤਿੰਨ ਦਿਨਾਂ ਦੇ ਅੰਦਰ ਆ ਤੇ ਆਪਾਂ ਹੱਥੀ ਪਰਚਾ ਕਰਵਾ ਕੇ ਹੋਰ ਦਾ ਚਲੋ ਠੀਕ ਹੈ ਜੀ हेलो हेलो जीवन बोलदा नहीं जी भाई जगा सिंह बोलदा ओए बाबे जगा सिंह सच्ची काल सच्ची काल बाबे की गल बनी है अपनी गुड़िया काफी दिन ऐतवार भी आछ लिया बस कोई ना ऐसा तो कहंदा मान ला भाई पैसे सारे भरे गए ते नहीं गल ते करा दो बच्ची ना गल ही नहीं इतनी हुई यार साडी इतनी आई है बाबा जी घरे उना दी बच्ची ना गल हो गई है हां जी हां करवाई है गल परसों बजे तक पाके चलो ठीक है ते हुण कितना आजो गुड़िया फिर अपनी भाई जी देख ले हां जी भरे ने एक आधा दिन लग सकदा अच्छा नहीं मैं तो वैसे मेरी अपने गल्लां दा मेरी हुण अगले दे हाथ है पापा पैसे भर दे सारे अच्छा किन्ने किन्ने पैसे भरे आ हां जी किन्ने पैसे भरे किन्ने भरे ते 1 लाख 30 हजार भाई तू भरे पर नहीं उथे उधर भरे हुण ਇਤੋ 1,40,000 ਭਾਈ ਕੋਈ ਭਰਿਆ ਬਾਬਾ ਜੀ ਅੱਛਾ ਜੀ ਵੀਰੇ ਉੱਥੋਂ ਕੁੜੀ ਨੇ ਭਰੇ ਆ ਵੱਖਰੇ ਆ ਭੇਜੋਗੇ ਮੈਨੂੰ ਭਲਾ ਸਲਿੱਪਾਂ ਭੇਜੋਗੇ ਭਲਾ ਉਹਦੀਆਂ ਹਾਂ ਸਲਿੱਪਾਂ ਭੇਜੋਗੇ ਭਲਾ ਮੈਨੂੰ ਦੇ ਦੇਣੇ ਭਲਾ ਕੋ ਹਾਂ ਚਲ ਭੇਜੋ ਮੈਨੂੰ ਮੈਂ ਦੇਖਦਾ ਠੀਕ ਹੈ ਭਾਈ ਬਾਕੀ ਤਾਂ ਨੰਬਰ ਹਜੇ ਪਾਈ ਆ ਕੋਈ ਗੱਲ ਨਹੀਂ ਕੁੜੀ ਮੰਗਾ ਕੇ ਦੇਾਂ ਕੋਈ ਐਡੀ ਟੈਨਸ਼ਨ ਨਹੀਂ ਆਪੇ ਨਾਲ ਆ ਤੁਹਾਡੇ ਅੱਜ ਚਲੋ ਧੰਨਵਾਦ ਭਾਈ ਤੁਹਾਡਾ ਧੰਨਵਾਦ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਨਹੀਂ ਕਰਨਾ ਠੀਕ ਹੈ ਬਾਬਾ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬਿਨਾਂ ਵਜ੍ਹਾ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਬਿਨਾਂ ਵਜ੍ਹਾ ਪਰੇਸ਼ਾਨ ਨਹੀਂ ਕਰਨਾ ਦੱਸੋ ਕਿਦਣ ਇਹਨੂੰ ਫੋਨ ਲਾਇਆ ਸੀ ਅੱਜ ਫੋਨ ਲਾਇਆ ਅੱਜ ਪੁੱਛਣ ਬਾਰੇ ਠੀਕ ਹੈ ਜੀ ਫੋਨ ਇਹਨੇ ਮੇਰੇ ਫੋਨ ਤੋਂ ਫੋਨ ਨਹੀਂ ਚੱਕਿਆ ਇਹਦਾ ਇਹਦਾ ਫਰਜ਼ ਨਹੀਂ ਬਣਦਾ ਕਿ ਜੇ ਅਗਲਾ ਫੋਨ ਲਾਉਂਦਾ ਵਾ ਤਾਂ ਫੋਨ ਚੁੱਕ ਲਓ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਤੁਸੀਂ ਉਧਰ ਤਾਂ ਨਾ ਗੱਲ ਕੀਤੀ ਅੱਜ ਮੈਂ ਜਿਹਨੂੰ ਲਾ ਲਿਆ ਕਿ ਮੈਂ ਕਿਹੜਾ ਇਹਨੂੰ ਕੋਈ ਮਾੜਾ ਚੰਗਾ ਕਿਹਾ ਨਾ ਪਰ ਕੋਈ ਗੱਲ ਨਹੀਂ ਤੇ ਫੋਨ ਮੈਨੂੰ ਲਾਉਂਦਾ ਬੈਠਾ ਹਾਜ਼ਰ ਬੈਠਾ ਕੋਈ ਗੱਲ ਚਲੋ ਕੋਈ ਕੋਈ ਕਟਾਈ ਹੁੰਦੀ ਬਣਾ ਵੀ ਹਾਜ਼ਰ ਬੈਠਾ ਇਹ ਵੀ ਕੋਈ ਗੱਲ ਨਹੀਂ ਤੇ ਭਾਜੀ ਨਾ ਕਦੇ ਗੱਲ ਤੋਂ ਮੈਂ ਹਾਂ ਚਲੋ ਠੀਕ ਆ ਕੋਈ ਗੱਲ ਨਹੀਂ ਧੰਨਵਾਦ ਜੀ ਤੁਹਾਡਾ ਓਕੇ ਹਾਂ ਹਜੇ ਵੀਰ ਜੀ 1-2 ਦਿਨ ਦਾ ਟਾਈਮ ਲੱਗਣ ਡਿਆ ਵਾ ਲੈਣ ਡਿਆ ਅਤੇ ਪੈਸੇ ਕਹਿੰਦੇ 1,40,000 ਰੁਪਇਆ ਭਰਿਆ ਵਾ ਹੈ ਨਾ ਅਤੇ ਸੰਗਤ ਬਹੁਤ ਮੈਸੇਜ ਕਰ ਰਹੀ ਵੀਰ ਜੀ ਆ ਕੇਸ ਦਾ ਕੀ ਬਣਿਆ ਅਤੇ ਅੱਜ ਵੀਰ ਜੀ ਰੱਬ ਤੁਹਾਡਾ ਭਲਾ ਕਰੇ 25 ਮਾਰਚ ਹੋ ਗਈ ਆ ਠੀਕ ਆ ਜੀ ਅਤੇ ਅਸੀਂ ਇਹਨਾਂ ਨੂੰ 18 ਦਿਨਾਂ ਦਾ ਟਾਈਮ ਦਿੱਤਾ ਸੀਗਾ ਅਤੇ ਅੱਜ ਮਤਲਬ ਕਿ 10 ਤਰੀਕ ਤੋਂ ਲੈ ਕੇ 25 ਤੱਕ 15 ਦਿਨ ਹੋ ਗਿਆ ਅੱਜ ਠੀਕ ਆ ਚਲੋ ਆਪਾਂ 2-3 ਦਿਨ ਹੋਰ ਵੇਟ ਕਰ ਲੈਂਦੇ ਹਾਂ ਜਿੱਥੇ ਇੰਨੇ ਦਿਨ ਵੇਟ ਕੀਤੀ ਆ ਅਤੇ ਹੋਰ ਵੇਟ ਕਰ ਲੈਂਦੇ ਹਾਂ ਬੱਚੀ ਨਾਲ ਗੱਲ ਇਹ ਕਹਿੰਦੇ ਕਰਵਾ ਦਿੱਤੀ ਆ ਮੈਂ ਹੁਣੇ ਬੱਚੀ ਦੇ ਪਰਿਵਾਰ ਨੂੰ ਫੋਨ ਲਾਉਂਦਾ ਵਾਂ ਕਿ ਤੁਹਾਡੇ ਨਾਲ ਗੱਲ ਹੋਈ ਬੱਚੀ ਦੀ ਅਤੇ ਕੀ ਆਉਂਦੀ ਸੀ ਹੋਰ ਵੀਰੇ ਕੀ ਹਾਲ ਆ ਹੈਲੋ ਹੋਰ ਬ੍ਰਦਰ ਕੀ ਹਾਲ ਜੀ ਪਛਾਣਿਆ ਨਹੀਂ ਅਸੀਂ ਸੰਸਥਾ ਵਾਲੇ ਬੋਲਦੇ ਬਰਾਣਿਓ ਇਹ ਮੇਰਾ ਦੂਜਾ ਨੰਬਰ ਸੇਵਾ ਵਾਲਾ ਨੰਬਰ ਏ ਠੀਕ ਹੈ ਤੇ ਹੋ ਗਈ ਕੁੜੀ ਆਪਣੀ ਨਾਲ ਗੱਲ ਨਹੀਂ ਤੇ ਗੱਲ ਨਹੀਂ ਹੋਈ ਉਹਦੇ ਨਾਲ ਗਿਆਨੀ ਨੂੰ ਗਿਆਨ ਕਰਕੇ ਗਿਆਨੀ ਕਿਹੜਾ ਉਹ ਕਿਹੜਾ ਮਾਰੂ ਕਿਹੜਾ ਆਹੋ ਉਹਦੇ ਨਾਲ ਗੱਲ ਕੀਤੀ ਸੀ ਕਿ ਵੀ ਬਾਈ ਦੱਸੋ ਕੋਦੋ ਕਹਿੰਦਾ ਕੁੜੀ ਦਾ ਨੈਟ ਬੰਦਾ ਸਾਡੀ ਇਹ ਕਹਿੰਦੇ ਸੀ 3 ਦਿਨ ਹੋ ਗਏ ਕੁੜੀ ਦੀ ਗੱਲ ਕਰਾ ਦਿੱਤੀ ਆ ਕਮਾਲ ਹੋ ਗਈ ਇਹਨਾਂ ਵਾਲੀ ਨਹੀਂ ਉਹ ਕਹਿੰਦੇ ਗੱਲ ਕਰਾ ਮੇਰੀ ਗੱਲ ਸੁਣੋ ਕਹਿੰਦੇ ਗੱਲ ਕਰਾਈ ਆ ਗੱਲ ਦੂਜੇ ਨੇ ਤਾਂ ਨਹੀਂ ਕੀਤੀ ਆਪਣੇ ਦੂਜੇ ਵੀਰ ਨੇ ਤਾਂ ਨਹੀਂ ਕੀਤੀ ਕਿਤੇ ਕੀ ਉਹਦਾ ਨਾਮ ਆ ਇੰਦਰ ਨੇ ਤਾਂ ਨਹੀਂ ਕੀਤੀ ਕਿਤੇ ਨਹੀਂ ਨਹੀਂ ਪੁੱਛੋ ਇੰਦਰ ਨੂੰ ਬੜਾ ਯਾਰਾਂ ਦੀ ਮਾਤਾ ਨੂੰ ਤਾਂ ਪਤਾ ਹੀ ਹੋਣਾ ਹੈ ਹਲੋ ਮਾਤਾ ਜੀ ਸਤਿ ਸ਼੍ਰੀ ਅਕਾਲ ਕਿਹਦਾ ਗੱਲ ਹੋਈ ਸੀ ਵੈਸੇ ਗੱਲ ਹੋਈ ਸੀ ਤੁਹਾਡੀ ਉਹਦੇ ਨਾਲ ਗੱਲ ਹੋਈ ਸੀ ਹਾਂਜੀ ਤੇ ਉਹ ਵਿਚਾਰੀ ਕੀ ਕਰਦੀ ਕੀ ਪਤਾ ਕੋਲੇ ਖੜੇ ਹੋਣ ਵਿਚਾਰੀ ਆ
ਕੋਈ ਗੱਲ ਨੀ ਮਾਤਾ, ਦੋ ਤਿੰਨ ਦਿਨ ਦਾ ਸਮਾਂ ਵਾ, ਸਿਰਫ ਦੋ ਤਿੰਨ ਦਿਨ ਦਾ ਸਮਾਂ। ਹਾਂ ਨੰਬਰ ਦੋ ਕਰ, ਦੋ ਤਿੰਨ ਦਿਨ ਦਾ ਸਮਾਂ ਵਾ, ਦੋ ਤਿੰਨ ਦਿਨ ਦਾ ਸਮਾਂ। ਕੋਈ ਗੱਲ ਨੀ ਮਾਤਾ, ਕੋਈ ਗੱਲ ਨੀ, ਦੋ ਤਿੰਨ ਦਿਨ ਵੇਟ ਕਰ ਲਈਏ, ਦੋ ਤਿੰਨ ਦਿਨ। ਉਹ ਡਰਾਉਣ ਧਮਕਾਉਣ ਡਿਆ, ਕੋਈ ਗੱਲ ਨੀ, ਆਪਾਂ ਦੋ ਤਿੰਨ ਦਿਨ ਦਾ ਸਮਾਂ ਇਹਨਾਂ ਨੂੰ ਦਿੰਦੇ ਆ, ਕਿਉਂਕਿ ਆਪਾਂ 18 ਦਿਨ ਦਾ ਸਮਾਂ ਦਿੱਤਾ ਇਹਨਾਂ ਨੂੰ, ਦੋ ਤਿੰਨ ਦਿਨ ਹੋਰ ਵੇਟ ਕਰ ਲੈਂਦੇ ਆ। ਮਾਤਾ ਗੱਲ ਪਤਾ ਕੀ, ਆਪਾਂ ਇਹਨਾਂ ਨੂੰ ਦਿੱਤਾ 18 ਦਿਨਾਂ ਦਾ ਟਾਈਮ, ਆਪਾਂ 18 ਦਿਨਾਂ ਤੋਂ ਪਹਿਲਾਂ ਆਪਾਂ ਉਹਨੇ ਨੀ ਕੋਈ ਕੰਮ ਗੱਲ ਕਰ ਸਕਦੇ ਹਨਾ, ਅਗਲੇ ਰੱਖਣਾ ਜੇ ਤੁਸੀਂ 18 ਦਿਨ ਦਾ ਟਾਈਮ ਦੇ ਦਿੱਤਾ। ਨਹੀਂ ਆਊਗੀ ਜ਼ਰੂਰ ਮਾਤਾ, ਆਊਗੀ ਆਊਗੀ, ਕਿਉਂ ਨਾ ਆਊਗੀ ਜ਼ਰੂਰ। ਇਹਨੂੰ ਤਾਰ ਨੂੰ ਚੁੱਕ, ਕੋਈ ਗੱਲ ਨੀ ਮਾਤਾ, ਦੋ ਤਿੰਨ ਦਿਨ ਦਾ ਸਮਾਂ ਆਪਾਂ ਦਿੰਦੇ ਹਾਂ, 18 ਦਿਨ ਦਾ ਸਮਾਂ ਦਿੱਤਾ ਸੀਗਾ ਆਪਣਾ, 28-29 ਤਰੀਕ ਨੂੰ ਜਾ ਕੇ ਪੂਰਾ ਹੋ ਜਾਣਾ, ਠੀਕ ਆ। ਫਿਰ ਆਪਾਂ 1-2 ਤਰੀਕ ਨੂੰ ਜਾਂ 2 ਤਰੀਕ ਨੂੰ ਫਿਰ ਆਪਾਂ ਇਹਨਾਂ ਨਾਲ ਕਰਾਂਗੇ ਗੱਲ, ਵੀ ਵੀਰ ਹੁਣ ਦੱਸੋ। ਹਾਂ 30 ਤਰੀਕ ਨੂੰ ਆਪਣਾ ਪਹਿਲਾਂ ਪੂਰਾ ਹੋਣਾ ਨਾ, 30 ਤਰੀਕ ਤੋਂ ਬਾਅਦ ਫਿਰ 31 ਤੋਂ ਬਾਅਦ 1 ਨੂੰ ਆਪਾਂ ਫਿਰ ਇਹਨਾਂ ਨੂੰ ਮਿਲਦੇ ਹਾਂ ਫਿਰ, ਹਨਾ। ਮੇਰੀ ਹੁਣੇ ਗੱਲ ਹੋਈ ਆ, ਮੇਰੀ ਜਗਾ ਸਿੰਘ ਨਾਲ ਹੁਣੇ ਗੱਲ ਹੋਈ ਆ, ਤੁਹਾਡੇ ਫੋਨ ਤੋਂ ਪਹਿਲਾਂ ਉਹਦੇ ਨਾਲ ਗੱਲ ਹੋਈ ਆ। ਉਹ ਕਹਿੰਦਾ ਵੀਰ ਅਸੀਂ ਪੈਸੇ 1,40,000 ਰੁਪਇਆ ਭਰ ਦਿੱਤਾ ਵਾ, ਠੀਕ ਆ ਨਾ। ਮੈਂ ਇਹਨਾਂ ਨੂੰ ਕਿਹਾ ਵਾ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਭੇਜੋ ਦੂਜੀਆਂ ਫੋਟੋਆਂ ਭੇਜੋ ਉਹਦੀਆਂ। ਮੈਂ ਇਹਨਾਂ ਨੂੰ ਕਿਹਾ ਵਾ, ਮੈਂ ਕਿਹਾ ਮੈਨੂੰ ਫੋਟੋਆਂ ਭੇਜੋ, ਮੈਂ ਉਹਨੂੰ ਮੈਸੇਜ ਵੀ ਕਰ ਦੇਣਾ ਜੱਗਾ ਸਿੰਘ ਨੂੰ, ਇੱਕ ਮਿੰਟ। ਹਾਂ ਕੋਈ ਗੱਲ ਨੀ ਮਾਤਾ, ਦੋ ਤਿੰਨ ਦਿਨ ਦਾ ਟਾਈਮ ਦਿੰਦੇ ਆ। ਬਸ ਵਧੀਆ ਵਧੀਆ ਚੜ੍ਹਦੀ ਕਲਾ ਜੀ। ਹੈਲੋ, ਮੈਂ ਕਿਹਾ ਸਿੰਘ ਸਾਹਿਬ ਜੀ, ਮੇਰੀ ਨਾ ਹੁਣੇ ਪਰਿਵਾਰ ਨਾਲ ਗੱਲ ਹੋਈ ਕੁੜੀ ਦੇ ਨਾਲ, ਤੇ ਉਹ ਕਹਿੰਦੇ ਵੀ ਹਜੇ ਤੱਕ ਤੁਸੀਂ ਕਹਿੰਦੇ ਵੀ ਅੱਜ ਟਿਕਟ ਹੋ ਜਾਊਗੀ, ਇਹ ਕੀ ਹਿਸਾਬ ਕਿਤਾਬ ਆ ਬਾਬਾ ਜੀ? ਸਾਨੂੰ ਤਾਂ ਜਿਵੇਂ ਅਗਲੇ ਕਹਿੰਦੇ ਆ ਉਵੇਂ ਹੀ ਤੁਹਾਨੂੰ ਬੋਲਦੇ, ਹਿਸਾਬ ਕਿਤਾਬ ਨੂੰ ਅਸੀਂ ਕਿਹੜਾ ਕੋਲੇ ਤਾਂ ਹੀ ਨੀ, ਜੇ ਤੁਸੀਂ ਦੱਸਦੇ ਬਾਬਾ ਤੂੰ ਕੋਲੇ ਰੱਖੀ ਬੈਠਾ ਮੈਨੂੰ ਤਾਂ ਦੱਸ ਦੇ। ਨਹੀਂ ਮੈਂ ਤੈਨੂੰ ਧਿਆਨ ਨਾਲ ਕਰਦਾ, ਉਦੇ ਵੀ ਕੁੜੀ ਨੇ ਜਿਹੜੀ ਸਾਨੂੰ ਕਹੀ ਸੀ ਵੀ ਸ਼ਨੀ ਤੇ ਐਤਵਾਰ ਹੱਲ ਹੋ ਗਈ, ਇਹਨਾਂ ਨੂੰ ਇਹੀ ਗੱਲ ਕਹੀ ਆ। ਨਹੀਂ ਕਿਤੇ ਫਿਰ ਝੂਠ ਤੇ ਆਪਾਂ ਨੂੰ ਭੁਲੇਖੇ ਭੇਜਾਂਗੇ ਜੀ ਆਖੇ ਕਿਤਾਬ। ਹਾਂ ਮੈਨੂੰ ਇਦਾਂ ਕਰਿਓ, ਮੈਨੂੰ ਉਹ ਭੇਜੋ ਡਿਟੇਲਾਂ ਭੇਜ ਦਿਓ ਵੀ ਜਿਹੜੀਆਂ ਪੈਸੇ ਪਾਏ ਆ, ਕਿਉਂਕਿ ਕੁੜੀ ਰੱਖੀ ਜਾਂਦੀ ਹੈ, ਕੁੜੀ ਉੱਧਰ ਰੱਖੀ ਜਾਂਦੀ ਆ ਵੀ ਹਜੇ ਤੱਕ ਕੋਈ ਪੈਸਾ ਨਹੀਂ ਇਹਨਾਂ ਨੂੰ ਮਿਲਿਆ ਜਾਂ ਕੁਝ ਵੀ, ਹਨਾ। ਤੇ ਅੱਜ ਹੁਣ ਉਹਨਾਂ ਨੇ ਫੋਨ ਲਾਇਆ ਬਾਬਾ ਜੀ ਪੈਸੇ ਮਿਲਦੇ, ਤੂੰ ਆਪ ਹੀ ਕਹਿੰਦਾ ਇਸੇ ਪੈਸੇ ਕਿਵੇਂ ਇਕੱਠੇ ਹੋ ਜਾਂਦੇ, ਗਰੀਬ ਬੰਦੇ ਤੂੰ ਦੱਸ ਦੇ, ਕੋਈ ਜਾਇਦਾਦ ਤਾਂ ਕੋਈ ਵੇਚ ਕੇ ਦੇਣ ਦੇ। ਨਹੀਂ ਮੈਂ ਤੁਹਾਨੂੰ ਕਹਿੰਦਾ ਵਾ ਕਿ ਜੇ ਪੈਸੇ ਜਿਹੜੇ ਤੁਸੀਂ ਪਾਏ ਆ ਤੁਹਾਡੇ ਮੈਨੂੰ ਸਿੱਧਾ ਭੇਜ ਦਿਓ। ਭੇਜ ਦਿੰਦੇ ਤੁਸੀਂ ਤਾਂ ਕੋਈ ਗੱਲ ਨਹੀਂ। ਹਾਂ ਮੈਨੂੰ ਭੇਜ ਦਿਓ ਇਸ ਨੰਬਰ 'ਤੇ। ਸ਼ਾਮ ਨੂੰ ਭੇਜੂੰਗਾ, ਹਜੇ ਨਹੀਂ, ਮੈਂ ਫਿਰ ਸੰਭੇ ਦਾ ਕੰਮ ਕਰੀਏ ਨਾ, ਹੁਣ ਵੀ ਸੰਨ ਕੇ ਹਟ ਕੇ ਲੱਗਿਆ ਮੈਂ। ਕੋਈ ਟੈਨਸ਼ਨ ਨਾ ਲੈ, ਜੇ ਤੈਨੂੰ ਕੋਈ ਸ਼ੱਕ ਸੁਭਾ ਤੇਲ ਮੈਂ ਤੇ ਤੂੰ ਬਾਹਰ ਕੇ ਆ ਜਾ ਯਾਰ, ਵੀ ਬਾਈ ਤੂੰ ਤਾਂ ਝੂਠ ਮਾਰੀ ਜਾਂਦਾ। ਨਹੀਂ ਨਹੀਂ ਉਵੇਂ ਦੀ ਕੋਈ ਗੱਲ ਨਹੀਂ ਆ, ਉਹ ਨਾ ਮੈਨੂੰ ਨਾ ਉਹ ਸ਼ੱਕ ਨਹੀਂ ਆ, ਮੈਨੂੰ ਨਾ ਕੁੜੀ ਦੀ ਮੰਮੀ ਨਾਲ ਮੇਰੀ ਹੁਣੇ ਗੱਲ ਹੋਈ, ਕਹਿੰਦੀ ਵੀਰੇ ਉਹ ਸਾਨੂੰ ਕਹਿੰਦੇ ਆ ਵੀ ਅੱਜ ਟਿਕਟ ਕਰਾਉਣਗੇ ਕੁੜੀ ਨੈਟ। ਚਲੋ ਕੋਈ ਗੱਲ ਨਹੀਂ, ਆਪਾਂ ਉਹਨਾਂ ਨੂੰ ਛੱਡੋ ਪਰਾਂ ਫਿਰ। ਸਹੀ ਗੱਲ ਸਹੀ ਗੱਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਚਲੋ ਮੈਂ ਤੁਹਾਡੇ ਨਾਲ ਸਹਿਮਤ ਹਾਂ, ਚਲੋ ਆਪਾਂ ਤੁਹਾਡੇ ਤੇ ਗੱਲ ਛੱਡੀ, ਆਪਾਂ ਚਲੋ ਤੁਸੀਂ ਕਹਿੰਦੇ ਆ ਵੀ ਟਿਕਟ ਹੋ ਜੀ। ਚਲੋ ਠੀਕ ਹੈ ਜੀ, ਚਲੋ ਠੀਕ, ਧੰਨਵਾਦ ਵੀਰ ਜੀ ਤੁਹਾਡਾ। ਨਹੀਂ ਆਪਾਂ ਤੁਹਾਨੂੰ ਤੰਗ ਵੀ ਨੀ ਕੀਤਾ, ਕਿਤੇ ਦੂਜੇ ਚੌਥੇ ਦਿਨ ਤੁਹਾਨੂੰ ਮੈਂ ਇੱਕ ਫੋਨ ਲਾਉਣਾ। ਅੱਛਾ ਅੱਛਾ ਜਿੱਦੀ 21 ਤਰੀਕ ਨੂੰ ਕਿ ਬਾਈ ਨੂੰ ਜਾਂਦੀ ਨੈਟ ਚੱਲਣ ਤੋਂ ਪਹਿਲਾਂ। ਹਾਂਜੀ
चलो धन्यवाद ਨਿਹਾਲ ਸਿੰਘ ਵਾਲੇ ਦੀ ਕੁੜੀ ਫਸਾਈ ਦੇ ਨੇ ਹੋਰ ਨਾਲੇ ਪਿੰਡ ਦੋਵੇਂ ਠੀਕ ਹੈ ਇਸੇ ਤੁਹਾਡੇ ਜੀਵਨ ਨੇ ਠੀਕ ਆ ਹਲ ਜੀਵਨ ਨੇ ਜੀਵਨ ਨੇ ਜੀਵਨ ਦੀ ਭੈਣ ਨੇ ਇੱਕ ਨਿਹਾਲ ਸਿੰਘ ਵਾਲੇ ਦੀ ਕੁੜੀ ਉਹ ਉਹਨੂੰ ਫਸਾਇਆ ਮੈਂ ਕਿਹਾ ਭੈਣੇ ਸਾਨੂੰ ਤੇ ਸਾਡੀ ਬੱਚੀ ਨਾਲ ਮਤਲਬ ਸਾਡੀ ਬੱਚੀ ਆ ਗਈ ਤੇ ਸਾਨੂੰ ਉਹਦੇ ਨਾਲ ਮਤਲਬ ਆ ਬੜੇ ਇਹਨੇ ਫਸਾਈਆਂ ਪਰ ਇਹ ਜੇ ਆਪਣੀ ਧੀ ਨੂੰ ਲੈ ਆਉਂਦਾ ਤੇ ਵਧੀਆ ਰੋਜ਼ ਨਹੀਂ ਤੇ ਇਹਨੇ ਬਾਬਾ ਜੀ ਹਾਂਜੀ ਨਹੀਂ ਬਾਬਾ ਜੀ ਨਹੀਂ ਬਾਬਾ ਜੀ ਪਤਾ ਕੀ ਆ ਏਦਾਂ ਹੁਣ ਨੰਬਰ ਮੇਰੀ ਗੱਲ ਸੁਣ ਫੋਨ ਪਤਾ ਕਿਉਂ ਮੇਰੀ ਗੱਲ ਸੁਣਿਓ ਫੋਨ ਪਤਾ ਕਿਉਂ ਆਉਣ ਡਿਆ ਇਹਨਾਂ ਨੂੰ ਵੀਡੀਓ ਦੇ ਵਿੱਚ ਇਹਨਾਂ ਦਾ ਇਹਨੇ ਨੰਬਰ ਨਹੀਂ ਬੋਲਿਆ ਇਹਦੇ ਭਰਾ ਨੇ ਵੀ ਮੈਂ ਆਹ ਨੰਬਰ ਬੋਲ ਕੇ ਮੈਂ ਗੱਲ ਕਰਨੀ ਆ ਉਹ ਨੰਬਰ ਵੀਡੀਓ ਦੇ ਵਿੱਚ ਵੀ ਬੋਲਿਆ ਵਾ ਤੇ ਉਹ ਮੈਨੂੰ ਨਹੀਂ ਪਤਾ ਕੌਣ ਫੋਨ ਲਾਉਂਦਾ ਕੌਣ ਨਹੀਂ ਆਪਾਂ ਤੇ ਆਪਣੇ ਨੰਬਰ ਤੋਂ ਫੋਨ ਲਾਉਂਦੇ ਹਾਂ ਹਾਂ ਠੀਕ ਹੈ ਚਲੋ ਧੰਨਵਾਦ ਆਪਾਂ ਚਲੋ ਡਿੱਗਦੇ ਹਾਂ ਦੋ ਤਿੰਨ ਦਿਨ ਹਨਾ ਚਲੋ ਧੰਨਵਾਦ ਸਿੰਘ ਸਾਹਿਬ ਧੰਨਵਾਦ ਤੁਹਾਡਾ ਵਾਹਿਗੁਰੂ ਸਹੀ ਗੱਲ ਹੈ ਜੀ ਲੋਕਾਂ ਨੇ ਕਹਿਣਾ ਵੀ ਜ਼ਿੰਮੇਵਾਰੀ ਲਈ ਮੈਂ ਮੰਨਦਾ ਚਲੋ ਰੱਬ ਤੁਹਾਨੂੰ ਸੋਭਾ ਹੀ ਦਵਾਵੇ ਰੱਬ ਤੁਹਾਨੂੰ ਹੁਣ ਤੁਸੀਂ ਮੈਨੂੰ ਫੋਨ ਲਾ ਲਿਓ ਮਹਾਰਾਜ ਛੇਤੀ ਖੁਸ਼ਖਬਰੀ ਦਿਓ ਮੈਨੂੰ ਮੈਂ ਤੇ ਹੁਣ ਚਲੋ ਠੀਕ ਹੈ ਜੀ ਓਕੇ ਚਲੋ ਵੇਖੋ ਵੀਰ ਹੁਣ ਕੀ ਬਣਦਾ ਵਾ ਹਨਾ ਤੇ ਇਹ ਤੇ ਵੀਰ ਦਲਾਸੇ ਦੇਣ ਡਿਆ ਵਾ ਵੀ ਤੇ ਬੱਚੇ ਆ ਜਾਓ ਦੋ ਤਿੰਨ ਦਿਨਾਂ ਤੇ ਆ ਜਾਓ ਹਨਾ ਤੇ ਚਲੋ ਆਪਾਂ ਵਾਹ ਲਾਉਣ ਡਿਆ ਵੀ ਸਰਬਸੰਮਤੀ ਨਾਲ ਸਹਿਜਮਤੀ ਨਾਲ ਬੱਚੀ ਆਪਣੀ ਆ ਜਾਏ ਹਨਾ ਤੇ ਜੇ ਤੇ ਆ ਜਾਂਦੀ ਪਿਆਰ ਨਾਲ ਆ ਜਾਂਦੀ ਤਾਂ ਵੀ ਚੰਗਾ ਵਾ ਨਹੀਂ ਤੇ ਫਿਰ ਇਹਦੇ ਤੇ ਇਹ ਵੀ ਸਿੰਘ ਸਾਹਿਬ ਦੀ ਵੀ ਆਪਦੀ ਜ਼ਬਾਨੀ ਆ ਕਿ ਮੈਂ ਤੁਹਾਡੇ ਨਾਲ ਆਪ ਜਾ ਕੇ ਇੱਥੇ ਪਰਚਾ ਕਟਾਊਂਗਾ ਠੀਕ ਹੈ ਜੀ ਅਤੇ ਫਿਰ ਚਲੋ ਆਪਾਂ ਫਿਰ ਇਹਦੇ 'ਤੇ ਸਖਤ ਤੋਂ ਸਖਤ ਕਾਰਵਾਈ ਵੀ ਕਰਾਵਾਂਗੇ ਠੀਕ ਹੈ ਜੀ ਚਾਹੇ ਸਾਨੂੰ ਆਪਾਂ ਨੂੰ DC ਸਾਹਿਬ ਨੂੰ ਮਿਲਣਾ ਪਵੇ ਚਾਹੇ ਸਾਨੂੰ ਮੁੱਖ ਮੰਤਰੀ ਜੀ ਨੂੰ ਮਿਲਣਾ ਪਵੇ ਹਨਾ ਅਤੇ ਆਪਾਂ ਇਹਨਾਂ 'ਤੇ ਜ਼ਰੂਰ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਹਨਾ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਵੀਰ ਜੀ ਆਪਣਾ ਪੇਜ ਜ਼ਰੂਰ ਲਾਈਕ ਕਰਿਓ ਜਿੱਦਣ ਬੱਚੇ ਆ ਗਏ ਮੈਂ ਆਪ ਬਹੁਤ ਕਾਲਾ ਵਾਂ ਰਮਨ 2 ਮਿੰਟ ਬੰਦ ਕਰੀ ਮੈਂ ਬਹੁਤ ਕਾਲਾ ਕਿ ਵੀਰ ਛੇਤੀ ਤੋਂ ਛੇਤੀ ਮੈਂ ਸੰਗਤ ਦੇ ਰੂਬਰੂ ਵੀਡੀਓ ਪਾਵਾਂ ਸੰਗਤ ਦੇ ਰੂਬਰੂ ਬੱਚੀ ਨੂੰ ਕਰਾਂ ਭੈਣ ਨੂੰ ਕਰਾਂ ਆਪਣੀ ਨੂੰ ਅਤੇ ਤਾਂ ਜੋ ਸੰਗਤ ਨੂੰ ਪਤਾ ਲੱਗੇ ਵੀ ਬੱਚੀ ਆਪਣੀ ਇੰਡੀਆ ਆ ਚੁੱਕੀ ਹੈ ਹਨਾ ਅਤੇ ਵੀਰ ਜੀ ਹਾਂ ਜਿਵੇਂ ਜਿਵੇਂ ਬੱਚੀ ਦੀ ਸਾਨੂੰ ਕੋਈ ਜਾਣਕਾਰੀ ਮਿਲਦੀ ਆ ਉਵੇਂ ਉਵੇਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵਾਂ ਹਨਾ ਅਤੇ ਸੰਗਤ ਬਹੁਤ ਜ਼ਿਆਦਾ ਫੋਨ ਲਾਉਣ ਡੇ ਸੀ ਕਿ ਵੀਰ ਜੀ ਕੀ ਬਣਿਆ ਕੀ ਬਣਿਆ ਅਤੇ ਆਹ ਵੀਰ ਜੀ ਅਪਡੇਟ ਆ ਹੁਣ ਜਿੱਦਣ ਅਪਡੇਟ ਨੈਕਸਟ ਹੋਈ ਅਤੇ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਵੀਡੀਓ ਪਾ ਦੇਵਾਂਗਾ ਹਨਾ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਵੀਰ ਜੀ ਮੋਬਾਈਲ ਨੰਬਰ ਸਾਡਾ ਜ਼ਰੂਰ ਨੋਟ ਕਰਿਓ 94783 41 400 ਤੇ ਠਾਪਰਾ ਨੰਬਰ ਓਕੇ ਕਰ ਦਿਓ